اعوذ باللہ من الشیطان الرجیم بسم اللہ الرحمن الرحیم حامیم اے اتارنا کتاب دا اللہ زورہ وار حکمتہ والے دی طرفو ہو نئی بنایا اساں اسمان تے زمین تے جو کچھ بچکارے ہونا دے پر درست تدبیر دنا تے ایک مدت ٹھہرا کے تے جڑے بیمان ہو گئے نے جس گلوں ڈرائے جان مو دے نے حبیب تسی آکھو دسو ہاں میں نو جس نو سد دے و سوال لدے ਲਿਆਓ ਮੈਨੂੰ ਕੀ ਕੁਝ ਬਣਾਇਆ ਨੇ ਜ਼ਮੀਨ ਵਿੱਚੋਂ ਜਾਂ ਉਹਨਾਂ ਦੇ ਪਾਈ ਵਾਲੀ ਅਸਮਾਨਾਂ ਵਿੱਚ ਲਿਆਓ ਮੇਰੇ ਕੋਲ ਕੋਈ ਕਿਤਾਬ ਇਹ ਦੋ ਪਹਿਲੇ ਦੀ ਜਾਂ ਤੁਰਿਆ ਹੁੰਦਾ ਕੋਈ ਇਲਮ ਦਿਆਓ ਜੇ ਤੁਸੀਂ ਸੱਚੇ ਹੋ ਤੇ ਉਸ ਨਾਲੋਂ ਬਧੇਰਾ ਬੇਹਦਤਾ ਕੌਣ ਹੈ ਜਿਹੜਾ ਸੱਦੇ ਸਵਾਲ ਦਾ ਦੇ ਜੈ ਨੂੰ ਜਿਹੜਾ ਨਾ ਪਹੁੰਚੇ ਉਹ ਦੇ ਸਦਨੇ ਉੱਤੇ ਦਿਨ ਕਿਆਮਤ ਦੀ ਤੇ ਉਹ ਇਹਨਾਂ ਦੇ ਸਦਨੇ ਤੋਂ ਵੀ ਬੇਖਬਰੀ ਤੇ ਜਾਦੇ ਇਕੱਠੇ ਹੋਣਗੇ ਲੋਕ ਉਹ ਹੋ ਜਾਣਗੇ ਇਹਨਾਂ ਦੇ ਦੁਸ਼ਮਣ ਤੇ ਹੋ ਜਾਣਗੇ ਇਹਨਾਂ ਦੇ ਪੂਜਣੇ ਦੇ ਮਨਕਰ ਤੇ ਜਦ ਪੜੀਆਂ ਜਾਣ ਉਹਨਾਂ ਅੱਗੇ ਸਾਡੀਆਂ ਆਏ ਤਾਂ ਸਾਫ਼-ਸਾਫ਼ ਆਖਦੇ ਨੇ ਜਿਹੜੇ ਬੇਈਮਾਨ ਹੋਏ ਸੱਚੀ ਗੱਲਾਂ ਜਦਾਈ ਉਹਨਾਂ ਤੱਕ ਭਈ ਇਹ ਜਾਦੂ ਹੈ ਖੁੱਲਾ-ਖੁੱਲਾ ਭਲਾ ਆਖਦੇ ਨੇ ਆਪੇ ਇਹ ਜੋੜ ਲਿਆ ਸੂ ਹਬੀਬ ਤੁਸੀਂ ਆਖੋ ਜੇ ਮੈਂ ਇਹ ਜੋੜ ਲਿਆ ਹੈ ਤਾਂ ਤੁਹਾਡੇ ਕੋਈ اختیار ਨਹੀਂ ਮੈਨੂੰ ਛੁਡਾਣਾ ਅੱਲਾਹ ਤੋਂ ਉਹ ਖੂਬ ਜਾਣਦਾ ਜਿਸ ਗੱਲ ਵਿੱਚ ਪੈਂਦੇ ਹੋ ਬਤੇਰਾ ਇਹੋ ਗਵਾ ਮੇਰੇ ਤੇ ਤੁਹਾਡੇ ਵਿੱਚ ਤੇ ਉਹ ਹੀ ਬਖਸ਼ਨਾਰ ਮਿਹਰਬਾਨ ਹਬੀਬ ਤੁਸੀਂ ਆਖੋ ਮੈਂ ਕੋਈ ਨਰਾਲਾ ਨਹੀਂ ਆ ਪੈਗੰਬਰਾਂ ਵਿੱਚੋਂ تے نہ مینو خبر ہے بھائی کی ہونی ہے میرے نال تے نہ تواڈے نال نہیں تردا میں پر اوسے حکم تے جو اتردا میرے وال تے نہیں میں پر ڈران والا صاف بیان کر کے حبیب آکھو دسو ہاں مینو جی ہویا اے قران اللہ کولوں تے تساں اس نو نہ منیا تاں پھر تواڈا انجام کی ہوئے گا تے گواہی دے چکا ایک گواہ بنی اسرائیل وچوں ایہو جی ایک کتاب اترن والی ہے پھر ان من لیا تے تساں غرور کیتا ਅੱਲਾ ਜ਼ਰੂਰ ਰਾਹ ਨਹੀਂ ਪਾਉਂਦਾ ਜ਼ਾਲਮ ਲੋਕਾਂ ਨੂੰ ਇਹ ਆਖਿਆ ਬੇਈਮਾਨਾਂ ਨੇ ਇਮਾਮ ਵਾਲਿਆਂ ਦੇ ਹੱਕ ਵਿੱਚ ਜੇ ਕਦੇ ਹੁੰਦਾ ਇਹ ਦਿਨ ਚੰਗਾ ਤਾਂ ਇਹ ਲੋਕ ਸਾਡੇ ਤੋਂ ਅੱਗੇ ਨਾ ਲੱਗ ਜਾਂਦੇ ਇਸ ਾਮ ਦੇ ਵਿੱਚ ਤੇ ਜਦ ਰਾਹ ਨਹੀਂ ਨੇ ਲੱਭਾ ਉਸ ਦਾ ਤਾਂ ਹੁਣ ਆਖਣਗੇ ਇਹ ਝੂਠੇ ਮੁੱਢੋਂ ਦਾ ਹਾਲਾਂਕਿ ਇਹਦੋਂ ਪਹਿਲੇ ਆ ਚੁੱਕੀ ਇਹ ਕਿਤਾਬ موسی ਦੀ ਪੇਸ਼ਵਾ ਤੇ ਮਿਹਰਬਾਨ ਕੇ ਤੇ ਇਹ ਕਿਤਾਬ ਇਹ ਉਸ ਨੂੰ ਸੱਚੀ ਆਖਦੀ ਅਰਬੀ ਬੋਲੀ ਦੀ ਤਾਂ ਡਰავੇ ਜ਼ਾਲਮ ਨੂੰ ਤੇ ਖੁਸ਼ਖਬਰੀ ਨੇਕੀ ਵਾਲਿਆਂ ਲਈ ਬੇਸ਼ੱਕ ਜਿਨ੍ਹਾਂ ਆਖਿਆ ਸਾਡਾ ਰੱਬ ਅੱਲਾ ਹੈ ਫਿਰ ਸਾਬਤ ਰਹੇ ਉਸ ਉੱਤੇ ਤਾਂ ਜ਼ਰੂਰ ਕੁਝ ਡਰ ਨਹੀਂ ਉਹਨਾਂ ਨੂੰ ਤੇ ਨਾ ਉਹ ਚੁਰਨਗੇ ਉਹ ਉਹ ਨੇ ਬਿਸ਼ਤ ਵਾਲੇ ਸਦਾ ਰਹਿਣਗੇ ਉਸ ਵਿੱਚ ਬਦਲੇ ਉਸ ਤੇ ਜੋ ਕਰਦੇ ਸਨ ਤੇ ਤਾਕੀਦ ਕੀਤੀ ਅਸੀਂ ਇਨਸਾਨ ਨੂੰ ਆਪਣੇ ਜੰਦਿਆਂ ਨਾਲ ਇਸ਼ਾਨ ਕਰਨ ਦੀ ਕਿੱਡ ਵਿੱਚ ਰੱਖਿਆ ਉਹਨੂੰ ਉਹਦੀ ਮਾਂ ਨੇ ਔਖੀ ਹੋ ਕੇ ਤੇ ਜੰਮਿਆ ਉਹਨੂੰ ਔਖੀ ਹੋ ਕੇ ਤੇ ਟੇਡ ਵਿੱਚ ਰੱਖਣਾ ਹੁੰਦਾ ਤੇ ਦੁੱਧ ਛੁਡਾਣਾ ਹੁੰਦਾ 3 ਮਹੀਨੇ ਇਥੋਂ ਤੀਕ ਜਿਹੜਾ ਜਦ ਪਹੁੰਚਿਆ ਜਵਾਨੀ ਆਪਣੀ ਨੂੰ ਤੇ ਹੋ ਗਿਆ 40 ਵਰਿਆਂ ਦਾ ਆਖਣ ਲੱਗਾ ਮੇਰੇ ਰੱਬਾ ਮੇਰੇ ਨਸੀਬ ਕਰ ਇਹ ਜੋ ਮੈਂ ਸ਼ੁਕਰ ਕਰਾਂ ਤੇਰੇ احਸਾਨ ਦਾ ਜਿਹੜਾ احسان ਕੀਤਾ ਹੀ ਮੇਰੇ ਉੱਤੇ ਤੇ ਮੇਰੇ ਜਨਦੇ ਉੱਤੇ ਤੇ ਇਹ ਜੋ ਮੈਂ ਕਰਾਂ ਨੇਕ ਕੰਮ ਜਿਸ ਤੋਂ ਤੂੰ ਰਾਜ਼ੀ ਹੋ ਨੇ ਤੇ ਭਲਾਈ ਰੱਖ ਦੇ ਮੇਰੇ ਲਈ ਮੇਰੀ ਔਲਾਦ ਨੂੰ ਵੀ ਨੇਕ ਬਣਾ ਕੇ ਮੈਂ ਜ਼ਰੂਰ ਤੋਬਾ ਕੀਤੀ ਤੇਰੇ ਅੱਗੇ ਤੇ ਮੈਂ ਜ਼ਰੂਰ ਫਰਮਾ ਬਦਾਰਾਂ ਵਿੱਚੋਂ ਉਹੋ ਨੇ ਜਿਨ੍ਹਾਂ ਦਾ ਸੀ ਕਬੂਲ ਕਰਨੇ ਆ ਨੇਕ ਅਮਲ ਉਹਨਾਂ ਅਮਲਾਂ ਵਿੱਚੋਂ ਜੋ ਕੀਤਾ ਨੇ ਤੇ ਦਰਗੁਜ਼ਰ ਕਰਨੇ ਆ ਉਹਨਾਂ ਦੀਆਂ ਬੁਰਾਈਆਂ ਤੋਂ ਹੋਣਗੇ ਬਇਸਤਵਾਦਿਆਂ ਵਿੱਚ ਮਵਾਫਕ ਵਹਿਦੇ ਸੱਚ ਦੇ ਜਿਹੜਾ ਉਹਨਾਂ ਨੂੰ ਮਿਲਦਾ ਸੀ ਤੇ ਜਿਨ ਆਖਿਆ ਆਪਣੇ ਜਨਦਿਆਂ ਨੂੰ ਮੈਂ ਬੇਜ਼ਾਰਾਂ ਤੁਸਾਂ ਤੋਂ ਪਹਿਲਾ ਤੁਸੀਂ ਮੈਨੂੰ ਵਾਦਾ ਦਿੰਦੇ ਹੋ ਜੋ ਮੈਂ ਨਿਕਲਣਾ ਹੈ ਮਰਨ ਤੋਂ ਬਾਅਦ ਕਬਰ ਵਿੱਚੋਂ ਤੇ ਗੁਜ਼ਰ ਗਈਆਂ ਕਈ ਸੰਗਤਾਂ ਮੇਰੇ ਪਹਿਲੇ ਤੇ ਉਹ ਦੋਵੇਂ ਮਾਪੇ ਉਹਦੇ ਫਰਿਆਦ ਕਰਦੇ ਨੇ ਅੱਲਾ ਅੱਗੇ ਮਨ ਲੈ ਤੇਰਾ ਬੁਰਾ ਹੋਵੇ ਵਾਦਾ ਅੱਲਾ ਦਾ ਜ਼ਰੂਰ ਸੱਚ ਹੈ ਫੇਰ ਆਖਦਾ ਹੈ ਨਹੀਂ ਇਹ ਪਰ ਕਹਾਣੀਆਂ ਨੇ ਅਗਲੀਆਂ ਦੀਆਂ ਉਹ ਨੇ ਜਿੰਨਾਂ ਉਤੇ ਠੀਕ ਬੈਠੀ ਗੱਲ ਅਜ਼ਾਬ ਦੀ ਰਲ ਕੇ ਉਮਤਾ ਵਿੱਚੇ ਜੋ ਗੁਜ਼ਰ ਗਈਆਂ ਪਹਿਲੇ ਉਹਨਾਂ ਦੇ ਜਿੰਨਾਂ ਤੇ ਆਦਮੀਆਂ ਦੀਆਂ ਜ਼ਰੂਰ ਹੋਸਣ ਕਾਟੇ ਵਾਲੇ ਤੇ ਹਾਰਿਕ ਲਈ ਦਰਜੇ ਨੇ ਆਪਣੇ ਕੀਤੇ ਅਮਲ ਦੇ ਸਬਾਬੋਂ ਤੇ ਤਾਂ ਜੋ ਪੂਰਾ ਕਰਦੇ ਉਹਨਾਂ ਨੂੰ ਬਦਲਾ ਉਹਨਾਂ ਦੇ ਅਮਲਾਂ ਦਾ ਤੇ ਉਹਨਾਂ ਦਾ ਹੱਕ ਨਾ ਮਾਰਿਆ ਜਾਏਗਾ ਤੇ ਜਿਸ ਦਿਨ ਸਾਹਮਣੇ ਕੀਤਾ ਜਾਏਗਾ ਬੇਈਮਾਨਾਂ ਨੂੰ ਅਗ ਦੇ ਲੈ ਜਾ ਚੁਕੇ ਤੁਸੀਂ ਮਜ਼ੇ ਆਪਣੇ ਹਿੱਸੇ ਦੇ ਆਪਣੀ ਜ਼ਿੰਦਗੀ ਦੁਨੀਆ ਦੀ ਵਿੱਚ ਤੇ ਫਾਇਦਾ ਲੈ ਚੁਕੇ ਤੁਸੀਂ ਉਹਨਾਂ ਦਾ ਹੁਣ ਅੱਜ ਸਜ਼ਾ ਪਾਵੋਗੇ ਭੰਡੀ ਦੀ ਮਾਰ ਬਦਲੇ ਉਸ ਜੋ ਗਰੂਰ ਕਰਦੇ ਸੋ ਜ਼ਮੀਨ ਵਿੱਚ ਨਾ ਹੱਕ ਤੇ ਬਦਲੇ ਉਸ ਤੇ ਜਿਹੜੀ ਬੇਫਰਮਾਨੀ ਕਰਦੇ ਸੋ ਤੇ ਯਾਦ ਕਰੋ ਆਦ ਦੇ ਭਰਾ ਨੂੰ ਯਾਨੀ ਹੂਦ ਪੈਗੰਬਰ ਜਾਜ ਡਰਾਇਓ ਉਸ ਕੌਮ ਆਪਣੀ ਨੂੰ ਮੁਲਕ ਆਹਕਾਫ ਵਿੱਚ تے گزر چکے نے ڈران والے اس دے اگوں بھی تے اس دے بعد بھی بھائی کسے نوں نہ پوجو سوال اللہ دے ضرور میں ڈرنا تساں اوتے ایک بڑے دن دی مارو آکھیو نے کیوں تو آیا ہے اساں کول تاں پھیر دے سانو ساڈے معبوداں تو سو لے اساں اوتے جس عذاب دا وعدہ دینا ہے سانو جے تو سچا وچوں ہے آکھیو سو اس دی خبر ہے نیری اللہ کول تو میں پہچانا تو انو جو پیغام دے کے منو پیجیا گیا ہے पर मैं देखना ਤੁਹਾਨੂੰ ਐਸੇ ਲੋਕ ਜੋ ਨਾਦਾਨੀ ਕਰਦੇ ਹੋ ਫਿਰ ਜਦ ਦੇਖਿਓ ਨੇ ਉਹ ਸਜ਼ਾਬ ਨੂੰ ਬਦਲਦੀ ਸ਼ਕਲ ਮੂੰਹ ਧਰਿਆ ਆਉਂਦਾ ਉਹਨਾਂ ਦੀਆਂ ਵਾਦੀਆਂ ਵੱਲ ਆਖਿਓ ਨੇ ਬਦਲੇ ਵਰੇਗਾ ਸਾਸਾਂ ਉਤੇ ਸਗੋ ਇਹ ਅਜ਼ਾਬ ਹੈ ਜੋ ਸ਼ਤਾਬੀ ਮੰਗਦੇ ਸੋ ਹਨੇਰੀ ਹੈ ਜਿਸ ਵਿੱਚ ਦੁੱਖ ਦੀ ਮਾਰ ਹੈ ਪੁੱਟ ਸੁੱਟਿਆ ਹਰ ਚੀਜ਼ ਨੂੰ ਆਪਣੇ ਰੱਬ ਦੇ ਹੁਕਮ ਨਾਲ ਫਿਰ ਸਵੇਰ ਨੂੰ ਹੋ ਗਏ ਜੋ ਕੋਈ ਨਜ਼ਰ ਨਹੀਂ ਪੈਂਦਾ ਸਵਾ ਉਹਨਾਂ ਦੇ ਘਰਾਂ ਦੇ ਐਸੇ ਤਰ੍ਹਾਂ ਦੀ ਸਜ਼ਾ ਦੇਣੇ ਆ ਪਾਪੀਆਂ ਲੋਕਾਂ ਨੂੰ تے ضرور اسا مقدور دتا سی انہاں نو جتنا مقدور اسا تانوں نہیں دتا تے بنا دتے سی اسا انہاں نو کان تے اکھیاں تے دل پھر کام نہ آئے انہاں دے کان انہاں دے تے ناکیاں انہاں دیاں تے نہ دل انہاں دے اک ذرا جد انکار کر دے اللہ دی نشانیاں دا تے کہ لے آ انہاں نو اس او چیز دی سزا نے جس دا مخول کر دے تے ضرور اسی برباد کر چکے ہیں جتنی تواڈے دوالے نے وستیاں تے بار بار سنائیاں اسا گلاں شاید او آ جان پھر کیوں نہ انہوں دی مدد نو آئے جنہوں نے معبود بنایا سانے سوا اللہ دے درجہ پان لئی سگوں غائب ہو گیا انہوں نے تو تے اے خوش آئی پھال انہوں نے راہوں پلنے دا تے اوس دا جڑا چوٹ جوڑ دے ہوندے دے سان تے جدوں لیان دے اساں تیرے وال کچھ لوگ جنہ دے سن دے قرآن پھر جد پہنچی اس جگہ آکھوں نے چپ کرو پھر جد پورا ہو گیا مڑ گئے اپنی قوم وال ڈران ہوئے آکھوں نے اے ساڑی قوم اساں ضرور سنی ایک کتاب ਜੋ ਉਤਰੀਏ ਪਿੱਛੇ موسی ਦੇ ਸੱਚੀ ਆਖਦੀ ਆ ਆਪਣੇ ਤੋਂ ਅਗਲੀ ਕਿਤਾਬ ਨੂੰ ਦੱਸਦੀ ਏ ਸੱਚਾ دین ਤੇ ਸਿੱਧਾ ਰਾਹ ਇਹ ਕੌਮ ਸਾਡੀ ਕਬੂਲ ਕਰ ਲਓ ਅੱਲਾ ਦੇ ਸੱਜਣ ਵਾਲੇ ਦੀ ਗੱਲ ਤੇ ਮੰਨ ਲਓ ਉਸ ਨੂੰ ਤਾਂ ਬਖਸ਼ੇ ਤੁਹਾਨੂੰ ਕੁਝ ਗੁਨਾਹ ਤੁਹਾਡੇ ਤੇ ਬਚਾ ਦੇ ਤੁਹਾਨੂੰ ਦੁੱਖ ਦੀ ਮਾਰੋਂ ਤੇ ਜਿਹੜਾ ਕਬੂਲ ਨਾ ਕਰੇਗਾ ਗੱਲ ਅੱਲਾ ਦੇ ਸੱਜਣ ਵਾਲੇ ਦੀ ਤਾਂ ਓ ਠਕਾਨ ਜੋਗਾ ਨਹੀਂ ਨਸਕੇ ਜ਼ਮੀਨ ਵਿੱਚ ਤੇ ਨਹੀਂ ਉਸ ਦਾ ਸਿਵਾ ਖੁਦਾ ਦੇ ਕੋਈ ਹਮਾਇਤੀ ਉਹੋ ਨਹੀਂ ਸਾਫ ਕਰਾਏ ਪਏ ਓ ਵਲਾਦੇ ਵੇਖਿਆ ਨਹੀਂ ਨੇ ਭਈ ਜਿਸ ਅੱਲਾਹ ਨੇ ਬਣਾਏ ਨੇ ਆਸਮਾਨ ਤੇ ਜ਼ਮੀਨ ਤੇ ਥੱਕਿਆ ਨਹੀਂ ਉਹਨਾਂ ਦੇ ਬਣਾਉਣ ਨਾਲ ਉਸ ਦਾ ਜ਼ਰੂਰ ਵਸ ਚੱਲਦਾ ਹੈ ਮੋਇਆਂ ਨੂੰ ਜਵਾਨੇ ਉੱਤੇ ਕਿਉਂ ਨਹੀਂ ਉਸ ਦਾ ਹਰ ਕਾਸੇ ਉੱਤੇ ਵਸ ਚੱਲਦਾ ਹੈ ਤੇ ਜਿਸ ਦਿਨ ਸਾਹਮਣੇ ਕੀਤਾ ਜਾਏਗਾ ਬਈਮਾਨਾਂ ਨੂੰ ਅਗ ਦੇ ਕਿਉਂ ਇਹ ਵੈਦਾ ਠੀਕ ਨਹੀਂ ਆਖਣਗੇ ਕਿਉਂ ਨਹੀਂ ਸੌਏ ਆਪਣੇ ਰੱਬ ਦੀ ਫਰਮਾਏਗਾ ਹੁਣ ਚੱਖੋ ਅਜ਼ਾਬ ਬਦਲੇ ਆਪਣੀ ਬੇਈਮਾਨੀ ਕਰਦੇ ਰਹਿੰਦੇ ਹਬੀਬ ਸਬਰ ਕਰੋ ਜਿਉਂ ਸਬਰ ਕੀਤਾ ਹੌਸਲੇ ਵਾਲੇ ਪੈਗਮਰਾਂ ਨੇ ਤਿਸ਼ਤਾ ਵੀ ਨਾ ਮੰਗੋਨਾਂ ਲਈ ਇਹ ਲੋਕ ਜਿਨ੍ਹਾਂ ਵੇਖਣਗੇ ਜਿਸ ਦਾ ਵਾਦਾ ਮਿਲਦਾ ਨੇ ਐਉਂ ਜਾਣਨਗੇ ਜੋ ਠਹਿਰੇ ਨੇ ਪਰ ਇੱਕ ਘੜੀ ਦਿਨ ਦੀ ਦੁਨੀਆ ਵਿੱਚ ਗੱਲ ਪੁਝਾ ਦਿੱਤੀ ਗਈ ਹੁਣ ਬਰਬਾਦ ਨਾ ਹੋਣਗੇ ਪਰ ਬੇਫਰਮਾਨ ਲੋਕ